ਜਿਵੇਂ ਅਮਰ ਘਰਾਂ ਤਲਵਾਰ ਦਾ ਲੋਹਾ ਹੋ ਲੱਖ ਵਾਰੀ ਬਾਬਾ ਲੋਹੇ ਦੀਆਂ ਧਾਰਾਂ ਚੋਂ ਜਵਾਬ ਆਇਆ ਹੈ ਕੋਈ ਅੜੇ ਮਜਮੇ ਚ ਮਾਤਮ ਕਰਨ ਵਾਲਾ ਮੈਂ ਅਲੀ ਦਾ ਕਤਲ ਪੜਨ ਲੱਗਾ ਅਲੀ ਨਮਾਜ਼ ਸ਼ੁਰੂ ਕੀਤੀ ਹੈ ਤਕਬੀਰਾਤੁਲ ਇਹਰਾਮ ਅੱਲਾਹੁ ਅਕਬਰ ਮਸਜਿਦ ਹਲਦੀ ਆਈਏ ਕੂਫਾ ਹਲਦਾ ਹੈ ਮੈਂ ਲੱਖ ਵਾਰੀ ਆਖਾਂ ਤਲਵਾਰ ਬੜੇ ਹੌਸਲੇ ਨਾਲ ਮੈਂ ਮੌਕਾ ਦਿਆਂਗਾ ਤੁਹਾਨੂੰ ਨਾ ਤੁਸੀਂ ਇੱਥੋਂ ਜਾਓ ਮੈਂ ਤੁਹਾਨੂੰ ਮੌਕਾ ਆਪ ਦਿਆਂਗਾ ਬਜ਼ੁਰਗਾਂ ਦੇ ਦਿਲ ਦੀ ਹਸਰਤ ਹੈ ਮੈਂ ਕਿਸੇ ਦੇ ਆਂਸੂ ਰੋਕਣਾ ਨਹੀਂ ਚਾਹ ਰਿਹਾ ਮੇਰਾ ਮੌਲਾ ਜਿਤਨੇ ਮਾਤਮ ਕਰ ਰਿਹਾ ਹੈ ਮੇਰਾ ਮੌਲਾ ਜਿਤਨੇ ਖੂਨ ਦੇ ਪੁਰਸ ਗਾਉਣ ਤਿਆਰ ਹਨ ਮੇਰਾ ਨਜਫ ਦਾ ਸ਼ਾਹ ਮੌਲਾ ਇਹਨਾਂ ਦੀ ਕਬਰ ਚਾਣ ਲੱਗਿਆ ਮੌਲਾ ਦੇਰ ਨਾ ਕਰਿਆ ਮੌਲਾ ਇਹਨਾਂ ਦੀ ਕਬਰ ਦਾ ਜ਼ਾਮਿਰ ਬਣ ਜਾ ਮੌਲਾ ਇਹਨਾਂ ਦੇ ਮਾਸ਼ਰ ਦਾ ਜ਼ਾਮਿਰ ਬਣ ਜਾ ਮੌਲਾ ਤੇਰੀਆਂ ਧੀਆਂ ਦੀ ਯਤੀਮੀ ਤੇ ਹੈ ਜੀਓ ਖਲੀਫਾ ਕਰਕੇ ਰੋਣ ਵਾਲੇ ਅਲੀ ਪਹਿਲੀ ਰਕਾਤ ਦਾ ਪਹਿਲਾ ਸਜਦਾ ਦੂਸਰਾ ਸਜਦਾ ਦੂਸਰੀ ਰਕਾਤ ਰੱਖੋ ਪਹਿਲਾ ਸਜਦਾ ਪਹਿਲੇ ਸਜਦੇ ਤੇ ਅਲੀ ਜੋ ਗਿਆ ਹਰਾਮ ਜ਼ਾਦਾ ਜ਼ੈਨਬ ਦੀ ਯਤੀਮੀ ਦਾ ਸਮਾਨ ਕਢਿਆ ਉਹ ਨਹੀਂ ਸ਼ੀਆ ਜਿਹੜਾ ਸਰ ਪਿਆਰਾ ਕਰ ਜਾਏ ਅਲੀ ਪਹਿਲੀ ਤਸਵੀਆ ਕੀ ਹੈ ਸਫਾ ਟੱਪਦਾ ਅਲੀ ਦੇ ਸਰ ਤੇ ਆਇਆ ਹੈ ਅਲੀ ਦੂਸਰੀ ਤਸਵੀਆ ਕੀ ਹੈ ਜ਼ੈਨਬ ਦੀ ਯਤੀਮੀ ਦਾ ਸਮਾਨ ਦੁਆ ਹੱਥਾਂ ਚ ਨਾ ਪਿਆ ਹੈ ਜਿਹਦਾ ਸਰ ਡੁੱਫੇ ਬੰਦਾ ਮਾਤਮ ਨਾ ਕਰੇ ਅਲੀ ਤੀਸਰੀ ਤਸਵੀਆ ਕੀ ਹੈ ਇਸ ਦੁਆ ਹੱਥਾਂ ਨਾਲ ਜ਼ਰਬ ਜ਼ਰਬ ਦਾ ਲੱਗਣਾ ਚੌਥੇ ਆਸਮਾਨ ਤੇ ਜਿਬਰਾਈਲ ਤਾਜ ਲਹਾਇਆ ਹੈ ਵਹਿਣ ਕਰ ਗਿਆ ਦਾ ਕਦ ਕੋ ਦਿਲਾ ਮੀਰ ਓ ਮਲਾਇਕਾ ਕਦੀ ਨਾ ਰੋਵੇ ਝੋਲੀ ਫੈਲਾ ਲੈ ਝੋਲੀ ਮੈਂ ਆਲੀਆ ਦੇ ਬਾਬੇ ਦਾ ਕਤਲ ਪਿਆ ਪੜਦਾ ਜਿਬਰਾਈਲ ਪਿਆ ਦਾ ਓ ਮਲਾਇਕਾ ਗੱਲ ਲੱਗੋ ਜ਼ੈਨਬ ਯਤੀਮ ਓ ਮਲਾਇਕਾ ਮੇਰੇ ਗੱਲ ਲੱਗੋ ਮੇਰਾ ਉਸਤਾਦ ਮਾ ਹੋ ਸਕਦਾ ਹੈ ਕਿਸੇ ਨੇ ਅਲੀ ਦੀ ਜ਼ਰਬ ਦਾ ਅਹਿਸਾਸ ਨਾ ਆਇਆ ਹੋਵੇ ਹੋ ਸਕਦਾ ਹੈ ਕਿਸੇ ਨੇ ਪਤਾ ਨਾ ਲੱਗਾ ਹੋਵੇ ਅਲੀ ਦਾ ਸਰ ਕਿਤਨਾ ਜ਼ਖਮੀ ਆ ਮੈਂ ਮੇਰਾ ਅੱਲਾ ਗਵਾਹ ਹੈ ਮੈਂ ਡਰ ਰਿਹਾ ਅਗਰ ਬਰਦਾਸ਼ਤ ਕਰੇ ਤਾਂ ਮੈਂ ਰਿਵਾਇਤ ਪੜਦਾ ਅਲੀ ਦਾ ਸਰ ਇੰਜ ਸਜਦੇ ਵਿੱਚ ਆ ਇਸ ਕੰਡ ਤੋਂ ਆ ਕੇ ਜ਼ਰਬ ਮਾਰੀ ਹੈ ਉਹ ਖਾਨਕਾ ਦੇ ਆਜ਼ਾਦ ਆ ਰਹਾ ਇੱਥੋਂ ਲੈ ਕੇ ਇੱਥੇ ਤੱਕ ਅਲੀ ਦਾ ਸਰ ਤਲਵਾਰ ਚੀਰ ਛੋੜਿਆ ਹੈ ਡਰ ਰਿਹਾ ਇਸੇ ਵਾਸਤੇ ਪਿਆ ਡਰਦਾਸ ਮੈਂ ਇਸੇ ਵਾਸਤੇ ਪਿਆ ਡਰਦਾ ਮੈਂ ਇਸੇ ਵਾਸਤੇ ਪਿਆ ਡਰਦਾ ਸਦਾਦਾਰ ਹੋ ਸਕਦਾ ਹੈ ਕਿਸੇ ਤੋਂ ਬਰਦਾਸ਼ਤ ਨਾ ਹੋਵੇ ਹੋ ਸਕਦਾ ਹੈ ਕਿਸੇ ਤੋਂ ਬਰਦਾਸ਼ਤ ਨਾ ਹੋਵੇ ਬਜ਼ੁਰਗਾਂ ਸਹਾਰੇ ਨਾਲ ਬਿਠਾਓ ਮੈਂ ਅਗਲਾ ਇਸ਼ਾਰਾ ਕਰਾਂ ਜਦ ਤੁਸੀਂ ਪੜ੍ਹਨਾ ਹੈ ਬੜੇ ਸਹਾਰੇ ਨਾਲ ਕੋਈ ਦੋ ਬੰਦੇ ਉਠਾਓ ਨਾ ਕੋਈ ਸਹਾਰਾ ਦਿਓ ਬਜ਼ੁਰਗਾਂ ਬਾਕੀਆਂ ਦੀ ਇਬਾਦਤ ਨਾ ਖਰਾਬ ਹੋ ਤੁਹਾਡਾ ਪੁਰਸੋ ਹੋ ਗਿਆ ਤੁਹਾਡਾ ਹੋ ਗਿਆ ਪੁਰਸਾ ਲਹੂ ਭਰੇ ਸਿਰੇ ਚੋਂ ਜਾ ਰਹੀ ਹੈ ਤੁਹਾਡਾ ਹੋ ਗਿਆ ਪੁਰਸਾ ਤੁਹਾਡਾ ਹੋ ਗਿਆ ਬਜ਼ੁਰਗੋ ਅਜ਼ਾਦਾਰ ਤੁਹਾਡੇ ਅੱਗੇ ਹੱਥ ਵਧੀ ਖੜੇ ਅੱਛਾ ਮੈਂ ਕਰਦਾ ਇਸ਼ਾਰਾ ਮੈਂ ਨੱਪ ਲਓ ਹੁਣ ਨੱਪ ਲਓ ਹੋ ਗਿਆ ਪੁਰਸਾ ਸਹਿਣ ਦੇ ਨਾਂ ਤੇ ਮੈਂ ਸੈਯਦਾਂ ਮੈਂ ਪਿਆਦਾ ਸਹਿਣ ਦੇ ਨਾਂ ਤੇ ਹੋ ਗਿਆ ਪੁਰਸਾ ਹੋ ਗਿਆ ਪੁਰਸਾ ਰੁਲੀਆਂ ਅਲੀ ਦੀਆਂ ਧੀਆਂ ਤੁਹਾਨੂੰ ਔਲਾਦ ਤੇ ਕਾਇਮ ਰੱਖੇ ਮੇਰਾ ਮੌਲਾ ਇਹ ਜਿਤਨੇ ਧੀਆਂ ਨਾਲ ਲਾ ਕੇ ਤੇਰੇ ਕਤਲ ਤੇ ਹਾਏ ਕਰ ਰਿਹਾ ਹੈ ਮੇਰਾ ਮੌਲਾ ਇਹਨਾਂ ਨੂੰ ਮਰਨ ਤੋਂ ਪਹਿਲੇ ਇੱਕ ਵਾਰੀ ਉਹ ਬਾਜ਼ਾਰ ਵੇਖਾ ਜਿੱਥੇ ਜ਼ੈਨਬ ਇੰਜ ਕਰ ਆਦੇ ਰਹੀਏ ਨਾ ਮਾਰੋ ਅਬਦੁਲ ਰਹਿਮਾਨ ਕੰਡ ਤੋਂ ਤਲਵਾਰ ਮਾਰੀ ਹੈ ਇੱਥੋਂ ਲੈ ਕੇ ਇਹਨਾਂ ਅੱਖਾਂ ਦੇ ਦਰਮਿਆਨ ਤੱਕ ਤਲਵਾਰ ਅਲੀ ਦਾ ਸਰ ਚੀਰ ਛੋੜਿਆ ਹੈ ਉਹ ਨਹੀਂ ਸ਼ੀਆ ਜਿਹੜਾ ਸਰ ਪਿਆਰਾ ਕਰ ਜਾਏ ਅੱਬਾਸ ਤੇ ਅਲਮ ਦੀ ਕਸਮ ਹੈ ਜਦਣ ਗਾਜ਼ੀ ਦੇ ਬਾਬੇ ਸਰ ਚਾਇਆ ਹੈ ਅਲੀ ਦਾ ਸਰ ਇੰਜ ਖੁੱਲਿਆ ਹੈ ਜਿਵੇਂ ਖਾਰੀ ਅੱਗੇ ਖੁਰਾ ਜਿਹਦਾ ਸਰ ਡੁੱਖਦਾ ਹੈ ਬੰਦਾ ਮਾਤਮ ਨਾ ਕਰੇ
لگی یا ہسے لگی جناب علی صدقے یا زہرا دولی پھیلا لئی مانگ لئی مانگ لئی قبول نہیں کیتا ویلا ہے جیو خلیمہ کر کے روڑ لے آزادار کدی نہ روویں آزادارا کدی نہ روویں آزادارا 1400 سال بعد میری زبانی جبرائیل دا اوکا سنیا نے تسا راج راج پرسا کیتا ہے تسا ماتم کیتا ہے میرا اللہ گواہ ہے جدہ علیم ضرب لگیا غازی بہنہ دے سامنے نماز پہ اپڑ دا جبرائیل قتل علی دا اوکا دیتا عرشیہ نے سنیا فرشیہ نے سنیا حورہ نے سنیا ملائکہ نے سنیا کوئی نہ روے جڑا دھی رکھنا ہے جو میں آلیہ سنیا ہے جکہ نہیں سنیا زندگی اچھ پہلی واری زینب چادر لہائی ہے غازی دے سامنے آگیا دیے نماز مکا او پیونو ضرب لگ گئیا او میں جنگل یتیم ہو ماتم حسین او میرا بابا واریا بیکے میرا چر بیکے میں آخرے تے تابوت آنا ہے میں نے پڑھن دے بھی آئے میں نزدار کوئی نہ اٹھے خدا را کوئی نہ اٹھے میں آپ ساتھے تابوت آسی ازدار ہو کوئی نہ اٹھے ازدار ہو تو ان جنازے دا واسطہ جنازہ اٹھے روکو میں آخنا ہے تو جنازہ اندر آنا ہے اس تو پہلے نہیں آنا تو ان آلیا دا واسطہ ایک واری میں نے کیا ہے غازی نماز مکائی ہے امال بنیر دے پتر تلوار چاہیے ہے عباس مسجدر دوڑیا ہے ادھو پیودہ قاتل تلوار لے کے پیا بھجلا تلوار نال علی دی رات لگی ہویا غازی نو علی دے خون دی خوشبو آئی ہے پیو دے قاتل نو غریبان چرپیا ہے عبد الرحمان نو عباس علی دے یہاں پیرا چھٹیا ہے آجا بولو حرام زادہ کیوں جگلے زینب دے وال کھلائے نے علی دے نباس میرے قاتل نو چھوڑ میرے گھر دا دروازہ بالکار آجا کیوں بابا سیدہ دے بالکار مطا زینب بابا کرو ہاتھ دا اشارہ بڑا مسا ہے ہاتھ میں کھاؤ جڑے ہلکے دماغ میں ہو ہلکے دماغ میں جڑا علی دا نوکر میرے ہاتھ میں کھاؤ پورا مجمع پورا مجمع اگر ہلکے دماغ میں ہے میرے نال وعدہ کر وین میں پڑدا سر تے ماتم دا پرسا علی نو چادر تے پترا رکھیا چار کونے اچ چار پترا نے چایا خانقاہ دے آزاد آ رہا جویں ممبر دے چار کونے نا علی نو کونے تو پترا چایا مسجد تو علی باہر آیا علی آدھر بولو میں نے کہیں کہیں چایا ہے اتھو مہن آیا بابا میں حسنا اتھو مہن آیا بابا میں حنفیاں اس کونے تو مہن آیا بابا میں غازیاں اتھو مہن آیا بابا میں حسین حسین دا نام آیا ہے علی آدھر ہر کوئی چاوے حسین نہ چاوے کیوں